अगर आपने हमारे चैनल को सब्सक्राइब नहीं किया है तो इसे सब्सक्राइब कर लें। क्या कभी सस्ती है दवा भी है? बिल्कुल चुप करो जी। चलो माड़ा दस सू ਜਨਵਰੀ ਫਰਵਰੀ ਦੇ ਵਿੱਚ ਹੀ ਉਹਨੇ ਆਉਣਾ ਸੀਗਾ ਮੈਰਿਜ ਕਰਵਾਉਣ ਵਾਸਤੇ।
ਜਾਣਾ ਜੀ ਕੈਨੇਡਾ ਜਾਣਾ ਸੀਗਾ ਉਹਨੇ ਵੀ ਮੋਟਰਸਾਈਕਲ ਅਕਾਲੀ ਦਲ ਦੁੱਖ ਪ੍ਰਤਾਵਾ ਕੀਤਾ ਵੀ ਸਾਡੀ ਜਿਹੜੀ ਪਾਰਟੀ ਦੀ ਸੱਜੀ ਬਾਂਹ ਸੀ ਜਿਹੜੀ ਕਿ ਸਾਡੀ ਟੁੱਟ ਗਈ ਹੈ ਉਹਨਾਂ ਨੇ ਬਹੁਤ ਦੁੱਖ ਮਨਾਇਆ ਕਹਿੰਦੇ ਵੀ ਬੇਟਾ ਵੀ ਮਤਲਬ ਕਿ ਮੈਂ ਮਤਲਬ ਕਿ ਆਉਂਦਾ ਕਿ ਮੈਨੂੰ ਡਾਕਟਰ ਆਉਣ ਨਹੀਂ ਦਿੰਦੇ ਆਹ ਬਿਮਾਰੀ ਅਤੇ ਬੀਬਾ ਆਊਗੀ ਅਤੇ ਸੁਖਬੀਰ ਜੀ ਤੁਹਾਡੇ ਕੋਲ ਪਹੁੰਚਣ ਪਾਰਟੀ ਸਾਡੀ ਪੂਰੀ ਮਦਦ ਕਰ ਰਹੀ ਹੈ ਇਹ ਗੱਲ ਤੁਹਾਨੂੰ ਆਪਣੇ ਤੌਰ 'ਤੇ ਸ਼ੱਕ ਹੈ ਜੀ ਕਿਸੇ 'ਤੇ ਹੋਰ ਕੀ ਬੰਦਾ ਸਾਨੂੰ ਜਿਹੜਾ ਮੇਨ ਬੰਦਾ ਫੜਿਆ ਜੀ ਹਾਂਜੀ ਉਸ ਬੰਦੇ ਨੇ ਮਤਲਬ ਕਿ ਸੁਪਾਰੀ ਲੈ ਕੇ ਇਹ ਕੰਮ ਕੀਤਾ ਕਿਸੇ ਬੰਦੇ ਤੋਂ ਆਪ ਇਕੱਲਾ ਤਾਂ ਨਹੀਂ ਮਤਲਬ ਕਿ ਉਹ ਕੰਮ ਕਰ ਸਕਦਾ ਬੰਦੇ ਤਿੰਨ ਚਾਰ ਦਾ ਕੰਮ ਤੁਹਾਨੂੰ ਇਹ ਲੱਗਦਾ ਪੁਲਿਸ ਨੇ ਜੋ ਕਹਾਣੀ ਬਣਾਈ ਉਹ ਫੇਕ ਹੈ ਹਾਂਜੀ ਬਿਲਕੁਲ ਝੂਠੀ ਪੁਲਿਸ ਨੇ ਜਮਾਂ ਝੂਠੀ ਸਰ ਜਿਹੜੀ ਪੈਸੇ ਵਾਲਾ ਇਲਜ਼ਾਮ ਲੱਗੀ ਨਾ ਜਮਾਂ ਝੂਠਾ ਪੈਸਾ ਹੈਗਾ ਗੁਰਸਿੱਖ ਬੰਦੇ ਅਮਰ ਤਾਂ ਛਕਿਆ ਚਾਹੇ ਸਾਥੋਂ ਸੌਂਪ ਵਾਲੋ ਕਿਤੇ ਮਰਜ਼ੀ ਇਸ ਗੱਲ ਮੈਨੂੰ ਪਤਾ ਉਹ ਮੇਰਾ ਬੱਚਾ ਮੈਨੂੰ ਪੰਜ ਪੰਜ ਰੁਪਈਆਂ ਦਾ ਹਿਸਾਬ ਦਿੰਦਾ ਮੈਨੂੰ ਬੱਚੇ ਦੇ ਤਾਂ ਹੀ ਤਾਂ ਬਹੁਤ ਜ਼ਿਆਦਾ ਮਾਣ ਸੀਗਾ ਉਸ ਤੇ ਅਸੀਂ ਤਾਂ ਹੀ ਉਸ ਨੂੰ ਪੈਸੇ ਨਾਲ ਦੀ ਨਾਲ ਦੇ ਦਿੰਦੇ ਸੀ ਮੇਰੇ ਕੋਲ ਡੈਡੀ ਪਈ ਆ ਮੈਨੂੰ ਆ ਕੇ ਲਿਖਾਉਂਦਾ ਸੀ ਵੀ ਇੰਨੇ ਪੈਸੇ ਡੈਡੀ ਦੇ ਤੇ ਇੰਨੀਆਂ ਕਿਸ਼ਤਾਂ ਇੰਨੇ ਹਿਸਾਬ ਪੈਸੇ ਇੰਨੇ ਜਿਹੇ ਨੂੰ ਮੇਰੇ ਵਾਪਸ ਆ ਜਾਣਾ ਇਨਸਾਫ ਦਿੱਤਾ ਅਸੀਂ ਤਾਂ ਤੱਕ ਪਹੁੰਚਾ ਤੇ ਤੁਹਾਨੂੰ ਇਹ ਲੱਗਦਾ ਕਿ ਸਿਆਸੀ ਤਾਂ ਨਹੀਂ ਹੋ ਸਕਦਾ ਵਿੱਚ ਸਿਆਸੀ ਜਿਵੇਂ ਤੁਹਾਡਾ ਬੇਟਾ ਅਕਾਲੀ ਦਲ ਸੰਬੰਧ ਰੱਖਦਾ ਸੀ ਕੋਈ ਸ਼ੱਕ ਹੈ ਦੋ ਮਹੀਨੇ ਪਹਿਲਾਂ ਕਹਿੰਦੇ ਆਏ ਨੀ ਪਤਾ ਲੱਗਣਾ ਜਿਵੇਂ ਫਲਾਨਾ ਗੈਂਗਸਟਰ ਅੜਾ ਤਾ ਉਸ ਰੋਡ ਤੇ ਅੜਾ ਦਾਂਗੇ ਉਹਨੇ ਦੱਸਿਆ ਵੀ ਆ ਮੇਰਾ ਬੱਚਾ ਸਹੀ ਸਲਾਮਤ ਆ ਜਾਵੇ ਉਦੋਂ ਸਾਡੇ ਕੋਲ ਗੱਡੀ ਨਹੀਂ ਸੀਗੀ ਗੱਡੀ ਸੀ ਉਹ ਤੋਂ ਬਾਅਦ ਚ ਲੈ ਕੇ ਦਿੱਤੀ ਹੈ ਮੇਰੇ ਬੇਟੇ ਨੂੰ ਇਸ ਕਰਕੇ ਸ਼ਰੇਆਮ ਕਤਲ ਮੰਨ ਲਿਆ ਪੈਸੇ ਕੱਢੇ ਮੰਨ ਲਿਆ ਸਾਰਾ ਕੁਛ ਮੰਨ ਲਿਆ ਉਹਨੂੰ ਕਿਉਂ ਨੀ ਕੁਛ ਹੋ ਰਿਹਾ
मेरा बच्चा सही सलामत आज उदो साडे कोले गड्डी नहीं सी गड्डी असी उदो बाद च लैके दित्ती है मेरे बेटे नूं इस करके भी उदों भी झूठा जमा झूठा मैं कहनी अज कतल वाले कुछ कर नहीं रही पुलिस उदो मेरे बेटे को बैठ के मेरे बेटे के पैर से तीन सुटियां तड़वातियां सानू तो पता ही ना लगे मेरे बेटे ने दस ही ना एडा अणखाला सीगा तीन महीने जेल कट के आया नाले किसी ने गोली तो बजी नहीं जो उन्हें थले धरती च पैर मारे सड़क से बजे पैर जे किसी मारदा कोई मर जाता फिर तो मेरे बेटे को चलो पुलिस कुछ मर्जी कर हूँ जो शरेआम कतल मान लिया पैसे कड़े मान लिया सारा कुछ मान लिया उन्होंने क्यों नहीं कुछ हो रहा पिछले पास कमरे बाहर रखा प्रूफ है पता लग जाना पत्रकार है कवर कर लेना काम ਤੁਸੀਂ ਪ੍ਰਾਈਵੇਟ ਬੰਦਾ ਭੇਜ ਕੇ ਪਤਾ ਕਰ ਸਕਦੇ ਆ ਦੇਖ ਦੇਖ ਬੰਦਾ ਮੁੱਛਾਂ ਨੂੰ ਵੱਟ ਦਿੰਦਾ ਜਿਵੇਂ ਉਹਦੇ ਪਿੱਛੇ ਕੋਈ ਹੈਗੀ ਕੋਈ ਚਾਲ ਹੈਗੀ ਆ ਵੀ ਤੈਨੂੰ ਕੁਝ ਨਹੀਂ ਹੁੰਦਾ ਇੱਕ ਨੂੰ ਸਾਹਮਣੇ ਕਰਤਾ ਦੂਜੇ ਹਜੇ ਮੰਗ ਰਹੇ ਹੈਗੇ ਨੇ ਮੁੱਛਾਂ ਨੂੰ ਤਾਰ ਦਿੰਦਾ ਸੀ ਕੱਲ ਅਸੀਂ ਸੀ ਉਹਦਾ ਕੀ ਪਤਾ ਹੋਰ ਕੀਦਾ ਨੁਕਸਾਨ ਕੀਦਾ ਕਰ ਸਕਦੇ ਨੇ ਫੇਰ ਕੌਣ ਜ਼ਿੰਮੇਵਾਰ ਇਸ ਗੱਲ ਦਾ ਸੀਏ ਬੰਨ ਤੇ ਵਿਸ਼ਵਾਸ ਕਰੋ ਜੇ ਸੀਏ ਬੰਨ ਨਾ ਕੋ ਸਾਨੂੰ ਇਨਸਾਫ ਦੇ ਸਕੀ ਅਸੀਂ ਤਾਂ ਤੱਕ ਪਹੁੰਚਾਂਗੇ ਸਰ बेटी है मैरिज करनी है अजे असी की करोगे दो जने सानू इंसाफ चाहिदा ਜੀਵਨ ਦੇ ਵਿੱਚ ਉਹ ਤਾਂ ਜੀ ਪੁੱਛਣਾ ਚਾਹੀਦਾ ਉਹ ਇਕੱਲੇ ਬੰਦੇ ਦਾ ਕੰਮ ਨਹੀਂ ਮੇਰਾ ਪੁੱਤ ਕੋਈ ਐਂ ਨਹੀਂ ਸੀਗਾ ਵੀ ਕੋਈ ਕਮਜ਼ੋਰਾ ਸੀ ਜਾਂ ਕੋਈ ਭੁੱਖਾ ਮਰਦਾ ਸੀ ਵੀ ਉਹ ਇਕੱਲੇ ਬੰਦੇ ਤੋਂ ਹੀ ਐਡੀ ਮਾਰ ਖਾ ਗਿਆ ਦੋ ਤਿੰਨ ਜਣਿਆਂ ਦਾ ਕੰਮ ਚਾਰ ਦਾ ਹੋ ਸਕਦਾ ਜੀ ਉਹ ਤਾਂ ਪੁੱਛਿਆ ਜਾਵੇ ਚੰਗੀ ਤਰ੍ਹਾਂ ਵੀ ਹੋਰ ਕੌਣ ਕੌਣ ਆ ਵਿੱਚ ਸਾਰਾ ਪੁਲਿਸ ਸਭ ਕੁਛ ਕਰ ਸਕਦੀ ਜੇ ਕਰਨ 'ਤੇ ਆਵੇ ਤਾਂ ਸਾਨੂੰ ਇਨਸਾਫ ਮਿਲਣਾ ਚਾਹੀਦਾ ਸੀ ਬੰਨ ਦੇ ਵਿੱਚ ਉਹਨੂੰ ਲਿਜਾ ਕੇ ਸਾਨੂੰ ਉੱਥੋਂ ਪੂਰੀ ਉਮੀਦ ਆ ਵੀ ਸਾਨੂੰ ਇਨਸਾਫ ਮਿਲੂਗਾ ਨਹੀਂ ਬਸ ਅਸੀਂ ਮਰੇ ਤਾਂ ਪਏ ਹਾਂ ਬਸ ਅਸੀਂ ਤਿੰਨੇ ਖੁਦਕੁਸ਼ੀ ਕਰ ਲਾਂਗੇ ਇਹ ਦੋ ਉੱਤੇ ਕੁਛ ਨਹੀਂ ਆ ਨਹੀਂ ਸਰ ਉਹ ਤਾਂ ਆਪ ਵਿਆਜ 'ਤੇ ਪੈਸੇ ਦਿੰਦਾ ਸੀਗਾ ਸਾਡੇ ਆੜਤੀਆਂ ਨੂੰ ਪੁੱਛਿਆ ਜਾਂਦਾ ਅਸੀਂ ਪੁਲਿਸ ਨੂੰ ਡਾਇਰੀਆਂ ਦਿਖਾਈਆਂ ਨੇ ਬਕਾਇਦਾ ਉਹਦੇ ਹੱਥ ਦੀ ਲਿਖਤ ਦਿਖਾਈ ਹੋਈ ਆ ਉੱਥੋਂ ਪੁੱਛਿਆ ਵੀ ਜਾ ਸਕਦਾ ਜਿੱਥੇ ਜਿੱਥੇ ਪੈਸੇ ਚੱਲਦੇ ਨੇ ਹੁਣ ਹੀ ਬੇਟਾ ਮਰਨ ਤੋਂ ਦੋ ਦਿਨ ਪਹਿਲਾਂ ਹੀ ਮੈਨੂੰ ਵਿਆਜ ਲਿਆ ਕੇ ਫੜਾ ਕੇ ਗਿਆ ਹੈਗਾ ਵੀ ਮੰਮਾ ਵਿਆਜ ਫੜੋ ਉਹਨਾਂ ਤੋਂ ਮੈਂ ਵਿਆਜ ਫੜ ਫੜ ਕੇ ਲਿਆ ਜਿਵੇਂ ਜਿਵੇਂ ਤਰੀਕਾਂ ਹੁੰਦੀਆਂ ਸੀਗੀਆਂ ਕੋਈ ਐਂ ਤਾਂ ਹੈ ਨਹੀਂ ਸੀਗਾ ਵੀ ਸਾਡੇ ਘਰੇ ਕੁਛ ਹੈ ਨਹੀਂ ਸੀਗਾ ਜਦੋਂ ਮੇਰੇ ਬੇਟੇ ਦੇ ਇੰਨਾ ਸਾਰੀ ਚੀਜ਼ ਉਹਦੇ ਕੋਲੇ ਸੀ ਵਧੀਆ ਗੱਡੀਆਂ ਲੈ ਕੇ ਦਿੰਦੇ ਸੀ ਅਸੀਂ ਵਧੀਆ ਉਹਦੇ ਗੋਲਡ ਪਾਇਆ ਸੀ ਹੁਣ ਤਿੰਨ ਚਾਰ ਤੋਲਿਆਂ ਦੀ ਗਲੇ ਦੇ ਵਿੱਚ ਚੈਨੀ ਵੀ ਪਾਈ ਫਿਰਦਾ ਸੀ ਹਰ ਵਕਤ ਪਾ ਕੇ ਘੁੰਮਦਾ ਫਿਰਦਾ ਸੀਗਾ
ਸਾਨੂੰ ਸਾਰਾ ਇਨਸਾਫ ਚਾਹੀਦਾ ਸਾਡੀ ਇਹੀ ਬੇਨਤੀ ਹੈ ਨਹੀਂ ਫਿਰ ਤੁਹਾਨੂੰ ਪਤਾ ਵੀ ਕੌਣ ਜ਼ਿੰਮੇਵਾਰ ਹਾਂਜੀ ਮੈਥੋਂ ਲੈ ਕੇ ਗਿਆ ਜੀ ਮੈਨੂੰ ਪਹਿਲਾਂ ਦੋ ਤਿੰਨ ਦਿਨਾਂ ਦਾ ਹੀ ਕਹੀ ਜਾਂਦਾ ਸੀਗਾ ਮੰਮੀ ਕੋਈ ਮੁੰਡੇ ਦਾ ਨਾ ਜ਼ਰੂਰੀ ਕੰਮ ਹੈ ਮੈਨੂੰ ਤੁਸੀਂ 40,000 ਰੁਪਇਆ ਗਿਣ ਕੇ ਕੱਢ ਕੇ ਰੱਖ ਦਿਓ 15,000 ਰੁਪਇਆ ਮੇਰੇ ਕੋਲ ਹੈਗਾ ਅਤੇ ਮੈਨੂੰ 55,000 ਰੁਪਇਆ ਮੈਂ ਉਹਨੂੰ ਦੇਣਾ ਹੈਗਾ ਮੈਂ ਕਿਹਾ ਪੁੱਤ ਕੀ ਲੋੜ ਹੈ ਤੂੰ ਰਹਿਣ ਦੇ ਵੀ ਐਨ ਅਪਸਾਈ ਹੁਣ ਆਪਾਂ ਬੇਟੀ ਦੀ ਵੀ ਸ਼ਗਨ ਦੀ ਕੋਈ ਤਿਆਰੀ ਕਰਨੀ ਰਿਸ਼ਤਾ ਅਸੀਂ ਪੱਕਾ ਕੀਤਾ ਹੋਇਆ ਹੈਗਾ ਵੀ ਉਦੋਂ ਮਗਰੋਂ ਆਪਾਂ ਜਨਵਰੀ ਫਰਵਰੀ ਦੇ ਵਿੱਚ ਵਿਆਹ ਕਰਾਂਗੇ ਕਹਿੰਦਾ ਨਹੀਂ ਮੰਮੀ ਕਹਿੰਦਾ ਕੋਈ ਨਹੀਂ ਵੀ ਉਹ ਥੋੜ੍ਹੇ ਦਿਨਾਂ ਨੂੰ ਮੈਨੂੰ ਵਾਪਸ ਮੋੜ ਦੂਗਾ ਚੱਲ ਮੈਂ ਕਿਹਾ ਪੁੱਤ ਕੋਈ ਗੱਲ ਨਹੀਂ ਗੀ ਕਿਉਂ ਮੈਨੂੰ ਮੇਰੇ ਬੇਟੇ 'ਤੇ ਵਿਸ਼ਵਾਸ ਸੀ ਮੇਰਾ ਬੇਟਾ ਨਸ਼ੇ ਨਹੀਂ ਕਰਦਾ ਸੀ ਕੋਈ ਗਲਤ ਕੰਮਾਂ ਦੇ ਵਿੱਚ ਨਹੀਂ ਸੀਗਾ ਮੇਰਾ ਬੇਟਾ ਲੀਡਰੀ ਦੇ ਵਿੱਚ ਸੀਗਾ ਬਾਦਲ ਸਰਕਾਰ ਦੇ ਨਾਲ ਜੁੜਿਆ ਸੀ ਜੁੜਿਆ ਹੀ ਰਹਿਣਾ ਚਾਹੇ ਸਰਕਾਰਾਂ ਬਦਲਦੀਆਂ ਰਹਿੰਦੀਆਂ ਪਰ ਮੇਰਾ ਬੇਟਾ ਨਹੀਂ ਬਦਲਦਾ ਸੀ ਕਹਿੰਦਾ ਮੰਮੀ ਮੈਂ ਦੋਗਲਾ ਬੰਦਾ ਨਹੀਂ ਹੈਗਾ ਮੈਂ ਆਪਦਾ ਨਾਂ ਕਮਾਉਣਾ ਮੰਮੀ ਮੈਂ ਪੈਸਾ ਨਹੀਂ ਕਮਾਉਣਾਗਾ ਮੇਰੇ ਬੇਟੇ 'ਤੇ ਮੈਨੂੰ ਵਿਸ਼ਵਾਸ ਸੀ ਮੈਂ ਤਾਂ ਦੇ ਦਿੰਦੀ ਸੀ ਉਹਨੂੰ ਪੈਸਾ ਉਵੇਂ ਮੈਨੂੰ ਵਾਪਸ ਪੈਸਾ ਕਰਦਾ ਸੀ ਦਵਾ ਸਰ ਉਹਨੂੰ ਦਵਾ ਕਿਉਂ ਇੱਕ ਬੰਦਾ ਮੇਰੇ ਬੇਟੇ ਨੂੰ ਨਹੀਂ ਮਾਰ ਸਕਦਾ ਮੇਰਾ ਬੇਟਾ ਜਰਵਾਣਾ ਸੀ ਪੂਰਾ ਬਹੁਤ ਜ਼ਿਆਦਾ ਮੈਂ ਬਦਾਮ ਪਾ ਪਾ ਕੇ ਉਹਨੂੰ ਦੁੱਧ ਪਿਆਉਣਾ ਇਕੱਲਾ ਸੀ ਮੈਂ ਕਦੇ ਉਹਨੂੰ ਕੰਮ ਨਹੀਂ ਲਾਉਂਦੀ ਸੀ 24 ਘੰਟੇ ਉਹਨੂੰ ਏ ਸੀ 'ਚ ਰੱਖਦੀ ਜਦੋਂ ਉਹ ਘਰੇ ਹੁੰਦਾ ਵੀ ਫਿਰ ਤਾਂ ਇਹਦੇ ਕੰਮ ਹੀ ਇਹੋ ਜਿਹੇ ਬਾਹਰ ਦੇ ਨਿਕਲ ਜਾਂਦਾ ਬਸ ਜਦੋਂ ਘਰੋਂ ਮੈਂ ਕਦੇ ਉਹਨੂੰ ਆਪਦੇ ਘਰੇਲੂ ਕੰਮ ਵਾਸਤੇ ਕਦੇ ਨਹੀਂ ਕਿਹਾ ਸੀ ਵੀ ਚਲੋ ਪਾਰਟੀ ਨਾਲ ਜੁੜਿਆ ਹੈਗਾ ਬਹੁਤ ਉੱਚੇ ਵਿਚਾਰਾਂ ਦਾ ਬੰਦਾ ਸੀਗਾ ਉਹ ਐ ਬੰਦਾ ਹੈ ਨੀ ਸੀ ਕਦੇ ਉਹਨੂੰ ਮੈਨੂੰ ਕਿਸੇ ਲੋੜ ਦਾ ਉਹਨੇ ਅਲਾਂਭਾ ਨੀ ਅੱਜ ਤੱਕ ਕਿਤੇ ਵੀ ਦਵਾਇਆ ਮੈਨੂੰ ਐ ਮੈਨੂੰ ਕੋਈ ਅਲਾਂਭੇ ਦਵਾ ਜਾਂਦਾ ਮੈਂ ਉਹਨੂੰ ਘੱਟ ਰੋਂਦੀ ਮੈਂ ਕਹਿੰਦੀ ਚਲੋ ਮੇਰਾ ਪੁੱਤ ਸੀ ਇਹ ਜਾ ਮੈਂ ਤਾਂ ਉਸ ਗੱਲ ਨੂੰ ਰੋਨੀ ਹਾਂ ਵੀ 25-26 ਸਾਲ ਦਾ ਹੋ ਗਿਆ ਸੀ ਅੱਜ ਤੱਕ ਗਿੱਲੇ ਗੋਹੇ 'ਤੇ ਪੈਰ ਨਹੀਂ ਧਰਿਆ ਗਾ ਨਾ ਕਦੇ ਨਸ਼ੇ ਪੱਖੋਂ ਉਹਨੇ ਨਾ ਕਦੇ ਸ਼ਰਾਬ ਪੀਤੀ ਆ ਕੋਈ ਉਹਨੇ ਮੈਨੂੰ ਉਲਾਂਭਾ ਨਹੀਂ ਦਵਾਇਆ ਅੱਜ ਤੱਕ ਪਰ ਮੈਂ ਇਹ ਕਹਿੰਦੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਰਾ ਨਹੀਂ ਅਸੀਂ ਖਤਮ ਤਾਂ ਹੈਗੇ ਮਰ ਜਾਵਾਂਗੇ ਬਸ ਅਸੀਂ ਤਾਂ ਹੋਰ ਤਾਂ ਕੋਈ ਉਹ ਨਹੀਂ ਜਾਂ ਅਸੀਂ ਫਿਰ ਤਾਂ ਤੱਕ ਜਾਵਾਂਗੇ ਹਾਂਜੀ ਕਨੇਡਾ ਦੇ ਵਿੱਚ ਉਹਦਾ ਰਿਸ਼ਤਾ ਪੱਕਾ ਹੋਇਆ ਸੀਗਾ ਉਹ ਕੁੜੀ ਹੁਣ ਪੀਆਰ ਹੋ ਗਈ ਸੀ ਹੁਣ ਉਹਨੇ ਜਨਵਰੀ ਫਰਵਰੀ ਦੇ ਵਿੱਚ ਹੀ ਉਹਨੇ ਆਉਣਾ ਸੀਗਾ ਮੈਰਿਜ ਕਰਾਉਣ ਵਾਸਤੇ ਕਨੇਡਾ ਹਾਂਜੀ ਕਨੇਡਾ ਜਾਣਾ ਸੀਗਾ ਉਹਨੇ ਵੀ ਨਸ਼ੇ ਪੱਤੇ ਨਹੀਂ ਕਰਦਾ ਸੀ ਬਿਲਕੁਲ ਵੀ ਉਹ ਤੇਰੀ ਹੈਲਪ ਕਰੂ ਅਜੇ ਡੈਡੀ ਕਹਿ ਦਿੰਦੇ ਸੀ ਕੋਈ ਨੀ ਤੂੰ ਗੱਡੀ ਤੇ ਨਾ ਜਾ ਮੋਟਰਸਾਈਕਲ ਤੇ ਬਹਿ ਜਾ ਮੈਂ ਕਹਿੰਦੀ ਨਾ ਮੇਰੇ ਪੁੱਤ ਵਾਸਤੇ ਮੈਨੂੰ ਪੁੱਤ ਤੋਂ ਉੱਤੇ ਕੋਈ ਚੀਜ਼ ਨਹੀਂ ਹੁਣ ਸਾਨੂੰ ਪਤਾ ਲੱਗਦਾ ਨਾ ਹੁਣ ਸਾਡਾ ਕਾਹਦਾ ਸਹਾਰਾ ਹੈਗਾ ਇਹ ਬਿਮਾਰ ਰਹਿੰਦੇ ਨੇ ਕਿੰਨੇ ਸਾਲ ਹੋ ਗਏ ਇਹਨਾਂ ਦਾ ਲੀਵਰ ਸਿਰਫ 20-25% ਲੀਵਰ ਕੰਮ ਕਰਦਾ ਹੈਗਾ ਇਹ ਤਾਂ ਖਤਮ ਹੀ ਹੈ ਇੱਕ ਤਰ੍ਹਾਂ ਦੇ ਇਹਨੂੰ ਤਾਂ ਬਸ ਚੱਕ ਕੇ ਦਵਾਈਆਂ ਬੂਟੀਆਂ ਦਵਾਉਂਦੇ ਫਿਰਦੇ ਸੀ ਹੁਣ ਮੈਨੂੰ ਦੱਸ ਵੀ ਸਾਨੂੰ ਕੌਣ ਲੈ ਕੇ ਜਾਊਗਾ ਰੋਜ਼ ਕੌਣ ਤੁਰਦਾ ਕਿਸੇ ਦੀ ਗੱਡੀ ਚਲਾ ਕੇ ਕੋਈ ਨਹੀਂ ਕਿਸੇ ਨੂੰ ਲੈ ਕੇ ਜਾਊਗਾ ਕੈਮਰਾਮੈਨ ਕਪਿਲ ਸ਼ਰਮਾ ਕੇ ਸਾਥ ਧਰਮੇਂਦਰ ਕੀ ਰਿਪੋਰਟ ਅਗਰ ਆਪਨੇ ਹਮਾਰੇ ਚੈਨਲ ਕੋ ਸਬਸਕ੍ਰਾਈਬ ਨਹੀਂ ਕੀਆ ਹੈ ਤੋ ਇਸੇ ਸਬਸਕ੍ਰਾਈਬ ਕਰ ਲੇਂ